ਵਿਵਾਦ ਮੈਂ ਆਪੀ ਸੰਭਵ ਕਹਿ ਕੇ ਕੁਸ਼ਲ ਕੋਈ ਕਾਉਂਸਲਿੰਗ ਕਰਦਾ ਮੈਂ ਪੰਜਾਬ ਸਾਹਿਬ ਦੇ ਕਦੇ ਕੀ ਕੀਤਾ ਉਹਨੇ ਸਿਰਫ 5 ਲੱਖ ਦੀ ਸਟੇਟਮੈਂਟ ਦਿੱਤੀ ਅਸੀਂ ਨੇ ਕੀ ਕੀਤਾ ਸੀ ਆਪਣੀ ਐਕਸ ਕਮੇਟੀ ਬਣੀ ਕਰ ਸੀ ਅਸੀਂ ਉਹਦੇ ਵਿੱਚ ਸ਼ਡਿਊਲ ਐਕਟ ਲਵਾ ਕੇ ਉਹਦੇ ਉੱਪਰ ਜਿਹੜਾ ਬਣਦਾ ਸੀਗਾ 8 ਲੱਖ ਰੁਪਏ 25,000 ਐਕਟ ਦੇ ਤਾਂ ਮਿਲਦਾ ਸੀ ਜੀ ਜਿਹੜਾ 5 ਲੱਖ ਰੁਪਏ ਚੋਣ ਪਿਛ ਦੀ ਮਨਜ਼ੂਰੀ 'ਤੇ ਸੀ ਜੀ ਉਹਨਾਂ ਨੇ ਕੋਈ ਵਾਧਾ ਵੁਧਾ ਨਹੀਂ ਕੀਤਾ ਕਿਸੇ ਗੱਲ 'ਤੇ ਉਹ ਤਾਂ ਪੱਲਾ ਚਾੜ ਕੇ ਤੁਰਦੇ ਬਣੇ ਜੀ ਉਹ ਤਾਂ ਐਕਟ ਦੇ ਤੌਕ 13 ਲੱਖ 25 ਮੁਆਵਜ਼ਾ ਬਣਦੀ ਬਣਦਾ ਸਾਡਾ ਬਣਦੀ ਸੀ ਜੀ ਅਸੀਂ ਤਾਂ ਮਤਲਬ ਜਿਹੜੀ ਮੰਗ ਕਰਦੀ ਕਿਤੇ 25 ਲੱਖ ਦੀ ਕਰੀ ਆ ਸ਼੍ਰੋਮਣੀ ਅਕਾਲੀ ਦਲ ਦਾ ਕੋਟ ਦੀ ਮੰਗ ਕਰੀ ਜੀ ਆਪਣੀ 100 ਰੁਪਏ ਪਰ ਪਰਿਵਾਰ ਮਿਲਣਾ ਚਾਹੀਦਾ ਜੀ ਹਾਂ ਚਾਹੀਦਾ ਉਹਨਾਂ ਨੇ ਤਾਂ ਕੁਛ ਵੀ ਨਹੀਂ ਕੀਤਾ ਸਾਡੇ ਵਾਸਤੇ ਦੇਖਿਆ ਜਾਵੇ ਜੀ ਇਸ ਤੋਂ ਬਹੁਤ ਕੱਲ੍ਹ ਹੈਰਾਨ ਰਹਿ ਗਏ ਉਹ 8 ਲੱਖ 25,000 ਵੀ ਬੋਲ ਕੇ ਗਏ ਉੱਪਰ ਹੋ ਜੋ ਇਹ ਦੇਖੋ ਇਹ ਲੜਕੀ ਆ ਜੀ ਇਹਦੇ 2 ਮਹੀਨੇ ਦਾ ਬੇਟਾ ਹੈ ਇੱਕ 3 ਸਾਲ ਦੀ ਬੇਟੀ ਹੈ ਇਕੱਲਾ ਇਕੱਲਾ ਸੀ ਇਹਦੇ ਘਰ ਵਾਲਾ ਉਹ ਇਹ ਲੜਕੀ ਬੈਠੀ ਹੈ ਇਹਦੇ ਘਰ ਵਾਲਾ ਜੀ ਉਹ ਲੜਕੀ ਬੈਠੀ ਹੈ ਉਹਦੇ ਘਰ ਵਾਲਾ ਇਹਦਾ ਪਿਓ ਇਹ 2 ਸਕੇ ਭਾਈ ਸੀ ਇਹਦੇ ਚਾਚੇ ਇੱਕ ਦਾ ਪਿਓ ਇੱਕ ਚਾਚਾ ਸਕੇ ਭਰਾ ਜੀ ਜੋੜੇ ਸੀ ਇੱਕ ਦਿਨ ਮੌਤ ਆਈ ਵਿਚਾਰਾ ਮਾੜਾ ਸਾਈਡ ਤੇ ਹੋ ਜੀ ਇਹ ਬੇਟੀ ਆ ਲੜਕੀ ਹੈ ਇਹ ਸਾਡੇ ਪਿੰਡ ਦੀ ਲੜਕੀ ਸੀ ਇਹਦੇ ਘਰ ਵਾਲੇ ਇੱਥੇ ਮਿਲਣ ਆਇਆ ਸੀ ਆਹ ਲੜਕੀ ਹੈ ਜੀ ਇਹ ਸਾਡੇ ਪਿੰਡ ਦੀ ਬੇਟੀ ਹੈ ਇਹਦੇ ਘਰ ਵਾਲੇ ਇੱਥੇ ਮਿਲਣ ਆਇਆ ਸੀ ਵਿਚਾਰੇ ਇੱਥੇ ਪਹਿਲੀ ਕਿਤੇ ਉਹ ਵੀ ਹੋ ਗਿਆ ਇਹ ਗੱਤਕਾ ਖੇਡਦਾ ਜੀ ਅੰਮ੍ਰਿਤਧਾਰੀ ਪਰਿਵਾਰ ਇਹ ਦੋਵੇਂ ਵਿੱਚ ਮਾਤਾ ਨੇ ਵੀ ਬੇਟੀ ਹੈ ਉਹ ਬੇਟੀ ਨੇ ਵੀ ਛਕਿਆ ਬੜਾ ਅਫਸੋਸ ਹੈ ਜਾਨਾਂ ਕਿੰਨੀਆਂ ਕੀਮਤੀ ਹੈ ਸਾਰੇ ਗਰੀਬ ਸਾਰੇ ਗਰੀਬ ਸਾਈਡ ਤੇ ਹੋ ਜਾਓ ਤੁਸੀਂ ਮੁੰਡੇ ਤੁਸੀਂ ਅੱਗੇ ਜਾ ਬੱਚੋ ਅੱਗੇ ਨੂੰ ਹੋ ਜਾਓ ਅੱਗੇ ਇੱਥੇ ਬਹਿ ਜਾਓ ਨੇੜੇ ਆ ਜਾਓ ਸਾਡੇ 4 ਪਰਿਵਾਰ ਦੇ ਜੀ ਚਾਰੇ ਅਸੀਂ ਕਰ ਸਕੇ ਆ ਸੁਖੀ ਆ ਉਹ ਵੀ ਮੇਰੇ ਚਾਚੇ ਦਾ ਮੁੰਡਾ ਜੀ ਜਿਹੜੇ 2 ਸਕੇ ਭਰਾ ਨੇ ਉਹ ਵੀ ਮੇਰੇ ਸਕੇ ਚਾਚੇ ਨੇ ਜੀ ਜਿਹੜਾ ਮਨਪ੍ਰੀਤ ਆ ਉਹ ਵੀ ਮੇਰਾ ਸਕਾ ਭਰਾ ਜੀ ਸਾਡੀ ਇਹੀ ਹੈ ਵੀ ਸਾਡੀ ਵੱਧ ਤੋਂ ਵੱਧ ਹੈਲਪ ਕਰੀ ਜਾਵੇ ਜੀ ਮੇਰੇ ਭਰਾਵਾਂ ਨੂੰ ਵੀ ਚਾਹੇ ਜ਼ਮਾਨਤ ਤੇ ਛੱਡਿਆ ਜਾਵੇ ਜੋ ਵੀ ਮਦਦ ਹੁੰਦੀ ਹੈ ਸਾਡੀ ਕਰੋ ਜੀ ਅਸੀਂ ਕਿਸੇ ਇੱਕ ਦੂਜੇ ਦਾ ਦੁੱਖ ਸੁਣਨ ਜੋਗੇ ਨਹੀਂ ਹੈਗੇ ਜੀ ਅਸੀਂ ਬਹੁਤ ਔਖੇ ਹਾਂ ਜੀ ਮਰਿਆ ਬਰਾਬਰ ਹੋ ਗਏ ਮੇਰਾ ਪੇਕੇ ਪਰਿਵਾਰ ਬਹੁਤ ਗਰੀਬ ਹੈਗਾ ਮੇਰੇ ਭਰਾ ਦੀ ਰੀੜ ਦੀ ਹੱਡੀ ਟੁੱਟੀ ਹੋਈ ਹੈਗੀ ਉਹ ਵਿਚਾਰਾ ਮੰਜੇ ਤੇ ਬੈਠਾ ਹੈਗਾ ਉਹਨੂੰ ਕੋਈ ਦੇਖਭਾਲ ਕਰਨ ਵਾਲਾ ਨਹੀਂ ਜਿਹੜਾ ਮਨਪ੍ਰੀਤ ਆ ਉਹੀ ਵਿਚਾਰਾ ਦੇਖਭਾਲ ਕਰਦਾ ਸੀ ਉਹਦੀ ਉਹੀ ਹੇਠ ਉੱਤੇ ਕਰਦਾ ਸੀਗਾ ਮਾੜਾ ਮੋਟਾ ਸੁਖੀ ਆ ਜੀ ਉਹਦਾ ਸਾਡੇ ਜਮੀ 2 ਬਲੂਰ ਬੱਚੇ ਨੇ ਜੀ ਉਹਦੇ ਘਰ ਵਾਲੀ ਸਾਥ ਤੜਫਦੀ ਦੇਖੀ ਹੋਈ ਨਹੀਂ ਜਾਂਦੀ ਜੀ ਕਿੰਨਾ ਤੜਫਦੀ ਆ ਉਹ ਇਹ ਮੇਰੇ ਚਾਚੇ ਨੇ ਵਿਚਾਰੇ ਇਹ ਬਹੁਤ ਔਖੇ ਸੀ ਜੀ ਨਹੀਂ ਕਿ ਬੱਚੇ ਨੇ ਸਾਥ ਦੇਖੇ ਨਹੀਂ ਜਾਂਦੇ ਜੀ ਅਸੀਂ ਬਹੁਤ ਔਖੇ ਸਾਡੀ ਮਦਦ ਕਰੋ ਜੀ ਇੱਥੇ ਆ ਜਾ ਇਹਨਾਂ ਇਕੱਲੇ ਇਕੱਲੇ ਬੇਟਾ 22 ਸਾਲ ਦੀ ਉਮਰ ਸਾਡੀ ਹੱਥ ਬੰਨ ਬੇਨਤੀ ਹੈ ਇਹ ਮੇਰੇ ਜਵਾਕਾਂ ਦਾ ਤੁਹਾਡਾ ਸਵਾਲ ਮੈਂ ਤਾਂ ਕੋਈ ਹੋਰ
ਉਹ ਨਹੀਂ ਕਰ ਸਕਦੀ। ਤੁਹਾਡੇ ਮੂਹਰੇ ਬੇਨਤੀਆਂ ਨੇ ਜੀ, ਤੁਹਾਡੇ ਮਨ ਪਰ ਸਕੂਨ ਮੇਰੇ ਭਾਈ ਭਰਾ ਨੇ ਜਿਹੜੇ ਸਵਾ ਛੇ ਉਹਨਾਂ ਨੇ ਜਿਹਨੇ ਮੋਢੇ ਨਾਲ ਮੋਢਾ ਲਾਇਆ, ਇਹਨਾਂ ਨੂੰ ਚੜ੍ਹਦੀ ਕਲਾ ਚ ਮਾਲਕ ਰੱਖੇ ਜੀ, ਅਸੀਂ ਵੀ ਤੁਹਾਡੇ ਨਾਲ। ਨੌਕਰੀ ਦੀ ਮੰਗ ਕਰਦੇ ਸੀ ਵੀ ਕੀਤੀ ਹੋਈ, ਮੇਰੇ ਛੋਟੇ ਭਰਾ ਸੀਗੇ ਦੋ, ਮਤਲਬ ਇੱਕ ਡੈਡੀ ਸੀਗੇ ਘਰ ਕਮਾਉਣ ਵਾਲੇ, ਉਹੀ ਚਲੇ ਗਏ। ਸਾਨੂੰ ਇੰਨਾ ਕੁ ਘਾਟਾ ਪੈ ਚੁੱਕਾ, ਸਾਨੂੰ ਕਦੇ ਨਹੀਂ ਪੂਰਾ ਹੋ ਸਕਦਾ। ਸਾਨੂੰ ਮਾਵੇ ਦੇ ਵਿੱਚ ਵਾਧਾ ਕੀਤਾ ਜਾਵੇ। ਮੈਂ ਤਾਂ ਪੂਰਾ ਅਸੀਂ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਕਿ ਸਾਨੂੰ ਇੱਕ ਤਾਂ ਕੰਪਨਸੇਸ਼ਨ ਵਧਾਇਆ ਜਾਏ, ਤੇ ਇੱਕ ਜੇ ਕੋਈ ਯੋਗ ਬੱਚੇ ਹੈ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਏ ਜਾਂ ਕਿਤੇ ਕਿਤੇ ਵੀ ਲਾਇਆ, ਕਿਉਂਕਿ ਆਹ ਤਾਂ ਮੈਂ ਦੇਖਿਆ ਸਰ ਪਰਿਵਾਰ ਹੀ ਖਤਮ ਹੋ ਗਏ। ਬਿਲਕੁਲ ਜੀ ਬਿਲਕੁਲ, ਤੋਂ ਇਸ ਕਰਕੇ ਅਸੀਂ ਪੂਰਾ ਪ੍ਰੈਸ਼ਰ ਰੱਖਾਂਗੇ ਮਗਰ ਪੈ ਕੇ ਕਰਾਵਾਂਗੇ। ਹਰ ਚੀਜ਼ ਦੀ ਜਿੱਥੇ ਲੋੜ ਪਈ ਇਹਨਾਂ ਦੇ ਦਬਾਅ ਪਾਵਾਂਗੇ ਕਿ ਆਪਾਂ ਕਿ ਇਹਨਾਂ ਨੂੰ ਵਿਚਾਰੇ ਪਰਿਵਾਰਾਂ ਨੂੰ ਕੋਈ ਸਹੂਲਤ ਪੂਰੀ ਜਿਹੜੀ ਕੰਪਨਸੇਸ਼ਨ ਜਾਂ ਕੋਈ ਸਰਕਾਰੀ ਕੋਈ ਛੁੱਟ ਦੇਣੇ ਦੇ ਸਕਣ। SHO ਸਸਪੈਂਡ ਹੋਣਾ ਚਾਹੀਦਾ, DSP ਦੀ ਜ਼ਿੰਮੇਵਾਰੀ ਲੱਗਣੀ ਚਾਹੀਦੀ ਹੈ, ਅਤੇ ਮੈਂ ਚਾਹੁੰਦਾ ਕਿ ਇੱਥੇ ਇੱਕ ਪ੍ਰੋਪਰ ਇਨਕੁਆਇਰੀ ਹੋਏ। ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਆਹ ਲੁਕਾਉਣ ਦੀ ਚੀਜ਼ ਲੱਗ ਰਹੀ ਹੈ। ਦੇਖੋ ਅਫਸਰ ਦੀ ਇਨਕੁਆਇਰੀ ਨਾਲ ਹੀ ਹੋਏ, ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਇਸ ਦੀ, ਸੋ ਦੈਟ ਅਸੀਂ ਵੀ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਇਨਕੁਆਇਰੀ ਨਾਲ ਕੋਈ ਜੱਜ ਬਹਿੰਦਾ ਜਿਹੜਾ ਦੇਖਦਾ ਕਿ ਹੋਇਆ ਕੀ ਹੈ। ਆਹ ਪਹਿਲੀ ਵਾਰ ਨਹੀਂ, ਬਹੁਤ ਵਾਰ ਸਰਕਾਰ ਜੁਡੀਸ਼ੀਅਲ ਇਨਕੁਆਇਰੀ ਕਰਾਉਂਦੀ ਹੈ, ਸੋ ਇਸ ਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ। ਦੂਜੀ, ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ। ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰ ਹੀ ਖਰਾਬ ਹੋ ਗਿਆ। ਮੈਂ ਦੇਖਿਆ ਛੋਟੇ ਛੋਟੇ ਬੱਚੇ ਹੈ, ਅਤੇ ਨਾਲੇ ਜਿਹੜੇ ਯੋਗ ਬੱਚੇ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਹੈ ਨੌਕਰੀ, ਕਈ ਬਾਹਰ ਆਪਾਂ ਨੌਕਰੀ ਦਿੰਦੇ ਹਾਂ, ਹੁਣ ਇਹਨੇ ਨੌਕਰੀ ਸਰਕਾਰੀ, ਇਹਦੇ 'ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਕੋਈ ਸਿਆਸਤ ਨਹੀਂ ਚਾਹੁੰਦਾ, ਨਾ ਕਰਨੀ ਚਾਹੀਦੀ ਹੈ। ਆਪਾਂ ਤਾਂ ਦੁੱਖ ਸਾਂਝਣ ਹੋ ਕੇ ਆਪਾਂ ਸਾਰੇ ਪ੍ਰੈਸ਼ਰ ਪਾਈਏ, ਤੁਸੀਂ ਪਾਓ, ਅਸੀਂ ਵੀ ਲੱਗਦੇ ਹਾਂ ਕਿ ਜੇ ਇਨਸਾਫ਼ ਮਿਲ ਜਾਏ ਇਹਨਾਂ ਬੱਚਿਆਂ ਨੂੰ, ਇਹਨਾਂ ਪਰਿਵਾਰਾਂ ਨੂੰ, ਬੱਚਿਆਂ ਨੂੰ, ਘੱਟ ਤੋਂ ਘੱਟ ਇਹਨਾਂ ਦਾ ਆਪਾਂ ਤੁਸੀਂ ਦੁੱਖ ਵਿੱਚ ਆਪਾਂ ਦੁੱਖ ਢਾ ਤਾਂ ਸਕਦੇ ਨਹੀਂ, ਕਿਉਂਕਿ ਜਿਹੜਾ ਪਰਿਵਾਰ ਦੇ ਦੁੱਖ ਉਹਨੂੰ ਹੀ ਪਤਾ ਹੁੰਦਾ ਜਿਹਦੇ ਪਰਿਵਾਰ ਦੇ ਵਿੱਚ ਹਾਦਸਾ ਹੋਏ ਹੋਏ। ਇਹ ਬੇਚਾਰੇ ਗਰੀਬ ਹੈ, ਹੁਣ ਇਹਨਾਂ ਦੀ ਜ਼ਿੰਦਗੀ ਮੈਂ ਦੇਖ ਰਿਹਾ, ਇਕੱਲੀ ਬੇਟੀ, ਬਜ਼ੁਰਗ ਮਾਤਾ ਪਿਤਾ, ਸੱਸ ਸਹੁਰੇ ਹੈ, ਇਕੱਲੀ ਰਹਿ ਗਈ, ਉਹ ਛੋਟੇ ਬੱਚਾ ਹੈ, ਇੱਕ ਹੋਰ ਨੌਜਵਾਨ ਮੈਂ ਮਿਲ ਰਿਹਾ। ਸੋ ਮੈਂ ਅਸੀਂ ਆਪਣੇ ਤਰਫੋਂ ਵੀ ਪੂਰਾ ਪ੍ਰੈਸ਼ਰ ਪਾਵਾਂਗੇ ਸਰਕਾਰ 'ਤੇ ਕਿ ਉਹ ਇਹਨਾਂ ਦੀ ਜਿਹੜੀ ਮੁਆਵਜ਼ਾ ਵਧਾਉਣ, ਅਤੇ ਨਾਲੇ
ਜਿਹੜੇ ਦੋਸ਼ੀ ਹੈ, ਇੱਕ ਤਾਂ ਐਕਸਾਈਜ਼ ਵਾਲੇ, ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ, ਐਕਸਾਈਜ਼ ਡਿਪਾਰਟਮੈਂਟ ਹੁੰਦਾ ਉਹ ਨਿਗਾਹ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ, ਕੋਈ ਕੱਢਦਾ ਜਾਂ ਕੁਛ ਕਰਦਾ ਹੈ। ਨਲੈਕੀ ਉਹਨਾਂ ਦੀ ਹੈ ਜਿਹੜਾ ਅਫਸਰ ਵੀ ਅੰਦਰ ਹੋਣੇ ਚਾਹੀਦੇ ਆ, ਇੱਥੋਂ ਦੇ ਪੁਲਿਸ ਮੁਲਾਜ਼ਮ ਵੀ ਜਿਹਨਾਂ ਨੇ SHO ਜਿਹਦੇ ਥੱਲੇ ਆ, ਸਾਰਾ ਕੁਛ ਹੋਇਆ ਹੋਣਾ ਚਾਹੀਦਾ। ਸੋ ਜੇ ਆ ਨਹੀਂ ਕਰਦੇ ਤਾਂ ਅਸੀਂ ਪ੍ਰੈਸ਼ਰ ਪਾਵਾਂਗੇ, ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਾ ਕਹਿ ਜਾ ਕੁਛ ਹੋਏ। ਦੇਖੋ ਜੇ ਜੇ ਡਰ ਚੱਕਿਆ, ਜੇ ਵੇਚਣ ਵਾਲਿਆਂ ਦਾ ਡਰ ਹੀ ਨਹੀਂ ਆਏ। ਅੱਜ ਪ੍ਰੋਬਲਮ ਕੀ ਹੈ, ਡਰ ਹੀ ਚੱਕਿਆ ਗਿਆ। ਅੱਜ ਘਰ ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ। ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ। ਨਾਲ ਇੱਥੋਂ ਦਾ ਮਤਲਬ ਐਕਸਾਈਜ਼ ਦਾ ਮਿਨਿਸਟਰ ਵੀ ਮਤਲਬ ਸ਼ਾਇਦ ਇੱਥੋਂ ਦੀ ਹਲਕਤ ਹੈ। ਸੋ ਜੁੰਮਵਾਰੀ ਤਾਂ ਉਹਦੀ ਬਣਦੀ ਹੈ ਸਭ ਤੋਂ ਵੱਡੀ, ਕਿਉਂਕਿ ਮਿਨਿਸਟਰ ਇੱਥੋਂ ਦਾ, ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ, ਆਹ ਤਾਂ ਕਿਤੇ ਬਰਦਾਸ਼ਤ ਹੋ ਨਹੀਂ ਸਕਦਾ। ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੇ ਦੋਸ਼ੀ ਹੈ, ਭਾਵੇਂ ਪੁਲਿਸ ਅਤੇ ਐਕਸਾਈਜ਼ ਜਿਹੜੇ ਅਫਸਰ ਹੈ ਜਿਹਨਾਂ ਨਲੈਕੀ ਕੀਤੀ, ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ। ਅਤੇ ਸਰਕਾਰ ਇਸ ਪਰਿਵਾਰ ਨੂੰ, ਜਿਹਨੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ, ਇਹ ਨਹੀਂ ਹੈ ਲੱਖ ਦੋ ਲੱਖ ਦੇ ਕੇ ਆਹ ਤਾਂ ਗੱਲ ਨਿਪਟਾ, ਜਾਣ ਕੇ ਜਿਵੇਂ ਜ਼ਖਮ 'ਤੇ ਨਮਕ ਛਿੜਨ ਵਾਲੀ ਗੱਲ ਹੈ। ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ, ਕਿਤੇ 30 ਲੱਖ ਦਿੱਤਾ, 40, ਕੋਈ ਇਹਨਾਂ ਨੂੰ ਵਿਚਾਰੇ ਪਰਿਵਾਰ ਦਾ ਘੱਟ ਤੋਂ ਘੱਟ ਸਹਾਰਾ ਤਾਂ ਕੋਈ ਬਣੇ ਅਤੇ ਨਾਲੇ ਨੌਕਰੀ। ਮੈਂ ਫਿਰ ਤੋਂ ਤੁਹਾਡਾ ਸਭ ਦੁੱਖ ਸਾਂਝਾ ਕਰਨਾ ਚਾਹੁੰਦਾ। ਸੀਐਮ ਦਾ ਜ਼ਿਲ੍ਹਾ ਜੀ ਇਹ, ਫਿਰ ਵੀ ਇੱਥੇ ਕੋਈ ਵੀ ਆ ਕੇ ਕੱਲ੍ਹ ਆਏ ਨੇ ਪਰ ਲੋਕਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿਸੇ ਨੂੰ। ਮੈਂ ਇੱਕ, ਮੈਨੂੰ ਕੋਲ ਹੁਣੀ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ, ਇੱਥੇ ਜਸਦਾਰ ਜੀ ਹੈ, ਮੈਨੂੰ ਲੱਗਦਾ ਦੱਸ ਰਹੇ ਸੀ ਕਿ ਇਹਨਾਂ ਨੇ ਕੋਈ ਸੀਐਮ ਆਇਆ ਸਵਾਲ ਕੀਤਾ, ਹੁਣ ਪੁਲਿਸ ਵਾਲੇ ਇਹਨਾਂ ਦੇ ਮਗਰ ਪੈ ਗਏ ਕਿ ਸਵਾਲ ਕਿਉਂ ਕੀਤਾ। ਐਂ ਆਹ ਕੋਈ ਡਿਕਟੇਟਰ ਤਾਂ ਨਹੀਂ ਹੈ। ਜੇ ਕੋਈ ਦੁੱਖ ਹੈ ਕਿਸੇ ਨੂੰ, ਦੁੱਖ 'ਚ ਕੋਈ ਕਹਿ ਦਿੰਦਾ ਮੁੱਖ ਮੰਤਰੀ ਨੂੰ, ਇਹਦਾ ਮਤਲਬ ਨਹੀਂ ਕਿ ਤੁਸੀਂ ਪਰਚਾ ਦੇ ਦਿਓ। ਹੁਣ ਇੱਥੇ ਤੋਂ ਇਹਨਾਂ ਨੂੰ ਦਬਾਉਣ ਲੱਗੇ, ਹੁਣ ਇਸੇ ਇੱਥੋਂ ਦੇ ਪੁਲਿਸ ਵਾਲੇ ਮੈਨੂੰ ਕਈ ਲੋਕ ਮਿਲੇ ਹੈ ਜਿਹਨਾਂ ਨੂੰ ਕਹਿਣ ਲੱਗ ਗਏ ਕਿ ਕਿਹੜਾ ਕਿਹੜਾ ਦੱਸੋ ਬੋਲਿਆ ਸੀ, ਕਿਹੜਾ ਕਿਹੜਾ ਖਰਾਬ ਕਰਦਾ ਸੀ, ਹੁਣ ਉਹਨਾਂ 'ਤੇ ਅਸੀਂ ਮਗਰ ਪਾਵਾਂਗੇ। ਉਹ ਜਿਹੜਾ MLA ਨਾ, ਉਹ ਜਿਹੜਾ ਹੈਗਾ ਉੱਥੋਂ ਦਾ ਇੱਕ, ਜਿਹੜੇ ਪੁਰਾਣੇ ਉਹਦੇ ਨਾਲ ਦੇ ਹਲਕੇ ਵਾਲੇ ਤਾਂ ਹੁਣੀ ਕਹਿੰਦੇ ਸੀ ਉਹ ਦੂਜੇ ਵੀ ਨਸ਼ੇ ਬਾਰੇ ਵੀ ਪਿੰਡ ਦੇ ਨਾਲ ਪਿੰਡ ਹੈ। ਤੁਸੀਂ ਤੁਸੀਂ ਦੇਖਿਆ ਹੋਣਾ 2 ਕਾਂਗਰਸ ਦੇ MLA ਪਿਛਲੀ ਵਾਰ ਉਹਨਾਂ ਨੇ ਫੈਕਟਰੀ ਫੜੀ ਗਈ ਸੀ ਜਲਾਲਪੁਰ ਤੇ, ਕਿਹੜਾ ਸੀ ਕੰਬੋਜ, ਕੰਬੋਜ ਤੇ ਹਰਦਿਆਲ ਕੰਬੋਜ ਤੇ ਆਪ ਨਹੀਂ ਬੈਠੇ ਸੀ ਪਿਛਲੀ ਸਰਕਾਰ 'ਚ। ਇਹਦਾ ਪਤਾ ਨਹੀਂ ਇਹਨਾਂ ਨੂੰ